एचएल टीवी न्यूज। पटियाला के सरकारी विक्रम कॉलेज ऑफ कॉमर्स में जर्नलिस्ट समिति पंजाब की तरफ से एनुअल फंक्शन करवाया गया। इस मौके गरीब बच्चों को किताबें वर्दियां सामान बांटा गया और आदि सामान बांटा गया। इस कार्यक्रम में कई स्कूलों के बच्चों ने भाग लिया। प्रोग्राम में आए हुए लोगों को सम्मानित भी किया गया। इस कार्यक्रम के बारे में जानकारी देते हुए जर्नलिस्ट समिति के कार्यकर्ताओं ने बताया कि ये मुहिम 1987 से चल रही है और आज करीब 2500 मेंबर जुड़ चुके हैं। उन्होंने बताया कि उनकी समिति मरीजों को फ्री एम्बुलेंस मुहैया करवाती है और हैंडीकैप बच्चों का इलाज भी करवाती है। इस मौके उन्होंने शहर में सफाई रखने का भी संदेश दिया। ਸਾਡੀ ਜਨਹਿਤ ਸਮਿਤੀ ਇਹ 1987 ਤੋਂ ਚੱਲ ਰਹੀ ਹੈ। ਉਸ ਲਈ ਅਸੀਂ 11 ਮੈਂਬਰ ਬਣਾਏ ਸੀਗੇ। ਅੱਜ ਇਸ ਡੇਟ ਦੇ ਵਿੱਚ 2500 ਮੈਂਬਰ ਸਾਡੇ ਨਾਲ ਹੈ, ਜਿਹੜਾ ਕਿ ਅਸੀਂ ਅੱਜ ਇਹ ਫੰਕਸ਼ਨ ਕਰਨ ਜਾ ਰਹੇ ਹਾਂ। ਇਹਦੇ 'ਚ ਕੋਈ 1000 ਬੱਚਿਆਂ ਨੂੰ ਕਾਪੀਆਂ ਕਿਤਾਬਾਂ ਡਰੈਸਾਂ ਇਹ ਕੁਛ ਅਸੀਂ ਦੇਣਾ ਹੈਗਾ। ਅਤੇ ਹੁਣ ਅਸੀਂ ਨੀਅਰਲੀ ਕੋਈ ਅੱਜ ਤੱਕ 22175 ਬੱਚਿਆਂ ਨੂੰ ਜਿਹੜਾ ਹੈ ਇਹ ਮਟੀਰੀਅਲ ਦੇ ਚੁੱਕੇ ਹਾਂ। ਅਤੇ 3000 ਪੇਸ਼ੈਂਟਸ ਨੂੰ ਅਸੀਂ ਮੈਡੀਕਲ ਏਡ ਜਿਹੜੀ ਉਹ ਦਿੱਤੀ ਹੈ। ਅਤੇ ਕੋਈ 750 ਬੰਦਿਆਂ ਨੂੰ ਅਸੀਂ ਜਿਹੜੀ ਹੈ ਆਪਣੇ ਮੈਰਿਜ ਜਿਹੜੀ 2000 ਰੁਪਏ ਮਹੀਨਾ ਅਸੀਂ ਪਰ ਮੈਰਿਜ ਦਿੰਦੇ ਹਾਂ। ਇੱਕ ਐਂਬੂਲੈਂਸ ਉਹਦਾ ਫਲੈਗ ਮਾਰਚ ਕਰਨ ਜਾ ਰਿਹਾ, ਸਾਡੇ ਕੋਲ 34 ਐਂਬੂਲੈਂਸ ਹੋ ਜਾਏਗੀ। ਹੁਣ ਤੱਕ ਅਸੀਂ 2,53,00,000 ਰੁਪਇਆ ਡਿਫਰੈਂਟ ਪ੍ਰੋਜੈਕਟ 'ਤੇ ਖਰਚ ਕਰ ਰਹੇ ਹਾਂ। ਅੱਜ ਵੀ ਅਸੀਂ 53,000 ਬੱਚਿਆਂ ਨੂੰ ਉੱਪਰ ਯੂਨੀਫਾਰਮ ਬੁੱਕਸ ਵਗੈਰਾ ਦੇ ਰਹੇ ਹੈਗੇ। ਤਕਰੀਬਨ ਅੱਜ ਦਾ ਜਿਹੜਾ ਖਰਚਾ ਸਾਡਾ 15,00,000 ਦੇ ਵਿੱਚ ਹੈਗਾ। ਸਾਡੀ ਸੁਸਾਇਟੀ ਡਿਫਰੈਂਟ ਸੈਗਮੈਂਟ ਦੇ ਵਿੱਚ ਜਿਵੇਂ ਬੱਚਿਆਂ ਨੂੰ ਐਜੂਕੇਸ਼ਨ ਦਾ ਅਸੀਂ ਸਿਲਾਈ ਸੈਂਟਰ ਖੋਲ੍ਹੇ ਹੋਏ ਹਾਂ, ਕੰਪਿਊਟਰ ਸੈਂਟਰ ਖੋਲ੍ਹੇ ਹੋਏ ਹਾਂ। ਇੱਕ ਅਸੀਂ ਸਾਡੇ ਕੋਲ 4 ਐਂਬੂਲੈਂਸ ਹੈ, ਬੜੇ ਨੋਮੀਨਲ ਚਾਰਜ 'ਤੇ ਅਸੀਂ ਲੋਕਾਂ ਦੀ ਸੇਵਾ ਕਰ ਰਹੇ ਹਾਂ। ਅਸੀਂ 12 ਦਰਜ ਦੇ ਵਿੱਚ ਵਾਸ਼ਰੂਮ ਖੁੱਲ੍ਹਿਆ ਹੋਇਆ, 12 ਦਰਜ ਦੇ ਵਿੱਚ ਮਿਊਜ਼ਿਕ ਸਿਸਟਮ ਹੈ, ਉਹਦੀ ਸਫਾਈ ਵਾਸਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਪਿੱਛੇ ਅਸੀਂ ਅਪ੍ਰੈਲ ਦੇ ਵਿੱਚ ਇੱਕ ਮੈਰਾਥਨ ਰੇਸ ਕਰਾਈ ਸੀ ਵੀ ਲੋਕਾਂ ਨੂੰ ਅਵੇਅਰਸ ਕਰਨ ਵਾਸਤੇ, ਸਿਹਤ ਵਾਸਤੇ ਵੀ ਲੋਕ ਸਿਹਤ ਰਹਿਣਗੇ, ਖੁਸ਼ ਰਹਿਣਗੇ ਅਤੇ ਅੱਛੀ ਸੇਵਾ ਕਰ ਸਕਣਗੇ। ਸਾਡਾ ਇੱਕ ਮਿਸ਼ਨ ਹੈ ਵੀ ਪਟਿਆਲੇ ਦੇ ਲੋਕਾਂ ਨੂੰ ਇੱਕ ਅੱਛਾ ਮੈਸੇਜ ਦੇਈਏ ਵੀ ਲੋਕ ਖੁਸ਼ ਰਹਿਣ, ਸਿਹਤ ਅੱਛੀ ਰੱਖਣ ਔਰ ਪਟਿਆਲੇ 'ਚ ਜਿਹੜੀ ਕਲੀਨ ਹੈ ਉਹਨਾਂ ਨੂੰ ਗੰਦਗੀ ਨੂੰ ਨਾ ਪਾ ਸਕਣ। ਦੂਜਾ ਸਾਡਾ ਹੈ ਵੀ ਜਿਵੇਂ ਬੱਚਿਆਂ ਨੂੰ ਕੋਈ ਇਕਨੋਮਿਕ ਵੀਕ ਬੱਚੇ ਹੈ ਉਹਨਾਂ ਦੀ ਕਿਵੇਂ ਹੈਲਪ ਕਰ ਸਕੀਏ। ਅਸੀਂ ਉਹਨਾਂ ਨੂੰ ਫੀਸ ਵੀ ਦੇ ਰਹੇ ਹਾਂ, ਯੂਨੀਫਾਰਮ ਵੀ ਦੇ ਰਹੇ ਹਾਂ, ਬੁੱਕਸ ਵੀ ਦੇ ਰਹੇ ਹਾਂ। ਅਖੀਰ ਤੱਕ ਜੇ ਬੱਚਾ ਕੋਈ ਪੜ੍ਹਦਾ ਉਹਨਾਂ ਦੇ ਅੱਜ ਪਰ ਉਹਨਾਂ ਦੀ ਸਟੇਟਸ ਦੇ ਮੁਤਾਬਕ ਬੱਚੇ ਦੇ ਨੰਬਰ ਅੱਛੇ ਹੈ ਉਹਨਾਂ ਨੂੰ ਅਸੀਂ ਪੜ੍ਹਾਈ ਦੀ ਕੋਸ਼ਿਸ਼ ਕਰੀ ਹੈ। ਪਟਿਆਲਾ ਸੈਲ ਜੱਡੀ ਵੀ SS ਮਲਹੋਤਰਾ ਦੀ ਰਿਪੋਰਟ। ਆਪ ਦੇਖ ਰਹੇ ਹੈ ਹਲਚਲ TV ਨਿਊਜ਼।